ਸਤਿ ਸ੍ਰੀ ਅਕਾਲ ਜੀ, ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਪੀਡ ਨਿਊਜ਼ ਵਿੱਚ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ। ਪਾਕਿਸਤਾਨ ਸਰਕਾਰ ਨੇ ਇਸਲਾਮਿਕ ਕੱਟੜਪੰਥੀਆਂ ਵਿਰੁੱਧ ਸ਼ਿਕੰਜਾ ਹੋਰ ਕੱਸ ਦਿੱਤਾ ਹੈ। ਅੱਜ ਸਰਕਾਰ ਵੱਲੋਂ 182 ਮਦਰੱਸਿਆਂ ਨੂੰ ਕਬਜ਼ੇ ਵਿੱਚ ਲੈਣ ਤੇ ਪਾਬੰਦੀਸ਼ੁਦਾ ਸੰਗਠਨ ਨਾਲ ਜੁੜੇ 121 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਖਬਰ ਹੈ। ਜ਼ਿਕਰਯੋਗ ਹੈ ਕਿ ਬੀਤੀ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਫਿਦਾਇਨ ਹਮਲੇ ਦੌਰਾਨ CRPF ਦੇ 40 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਪਾਕਿਸਤਾਨ ਉੱਤੇ ਸੰਸਾਰ ਪੱਧਰ ਤੇ ਦਬਾਅ ਬਣਿਆ ਹੈ। ਇਹ ਕਾਰਵਾਈ ਉਸੇ ਦਬਾਅ ਦੇ ਕਾਰਨ ਹੀ ਹੋ ਰਹੀ ਹੈ, ਜਦਕਿ ਪਾਕ ਨੇ ਇਸ ਤੋਂ ਇਨਕਾਰ ਕੀਤਾ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਕਾਰਵਾਈ ਪਹਿਲਾਂ ਤੋਂ ਹੀ ਲਿਖੀ ਗਈ ਹੀ ਯੋਜਨਾ ਦਾ ਹਿੱਸਾ ਹੈ ਅਤੇ ਅਜਿਹਾ ਕਦਮ ਭਾਰਤੀ ਹਵਾਈ ਹਮਲਿਆਂ ਕਾਰਨ ਨਹੀਂ ਚੁੱਕਿਆ ਜਾ ਰਿਹਾ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੇ ਖੁਫੀਆ ਏਜੰਸੀ ISI ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਵਿੱਚ ਜੈਸ਼ ਏ ਮੁਹੰਮਦ ਇੱਕ ਅੱਤਵਾਦੀ ਸੰਗਠਨ ਸੀ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਇਸ ਦੀ ਵਰਤੋਂ ਭਾਰਤ ਵਿੱਚ ਬੰਬ ਧਮਾਕੇ ਕਰਵਾਉਣ ਲਈ ਕਰਦੀ ਸੀ। ਇਹ ਜਾਣਕਾਰੀ ਮੁਸ਼ਰਫ ਨੇ ਨਿੱਜੀ ਨਿਊਜ਼ ਚੈਨਲ ਵਿੱਚ ਕੰਮ ਕਰਨ ਵਾਲੇ ਪਾਕਿਸਤਾਨੀ ਪੱਤਰਕਾਰ ਨਦੀਮ ਮਲਿਕ ਨਾਲ ਫੋਨ ਤੇ ਹੋਈ ਗੱਲਬਾਤ ਵਿੱਚ ਦਿੱਤੀ। ਉੱਤਰੀ ਇਰਾਕ ਵਿੱਚ ਇਸਲਾਮਿਕ ਸਟੇਟ ਨੇ ਸ਼ੀਆ ਮਿਲੀਸ਼ੀਆ ਸੰਗਠਨ ਦੀ ਬੱਸ ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ 6 ਮਿਲੀਸ਼ੀਅਨ ਮਾਰੇ ਗਏ ਅਤੇ 31 ਜ਼ਖਮੀ ਹੋ ਗਏ। ਇਰਾਕ ਦੇ ਅਧਿਕਾਰੀ ਨੇ ਦੀ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਬੁੱਧਵਾਰ ਦੀ ਰਾਤ ਨੂੰ ਉੱਤਰੀ ਸ਼ਹਿਰ ਮੌਸੂਲ ਦੇ ਦੱਖਣ ਵਿੱਚ ਮਖਮੌਰ ਸ਼ਹਿਰ ਨੇੜੇ IS ਕਾਰਕੁਨਾਂ ਨੇ ਸੰਨ ਲਗਾ ਕੇ ਹਮਲਾ ਕੀਤਾ। ਅਧਿਕਾਰੀ ਦਾ ਕਹਿਣਾ ਹੈ ਕਿ ਇਹ ਬੱਸ ਮੌਸੂਲ ਤੋਂ ਕਿਰਕੁਕ ਰਸਤੇ ਵਿੱਚ ਸੀ ਅਤੇ ਉਸ ਸਮੇਂ ਸੰਨ ਲਗਾਏ ਗਏ। IS ਕਾਰਕੁਨਾਂ ਨੇ ਹਮਲਾ ਕਰ ਦਿੱਤਾ, ਇਸ ਵਿੱਚ 6 ਸ਼ੀਆ ਮੁਸਲਿਮ ਮਾਰੇ ਗਏ ਨੇ। ਆਸਟ੍ਰੇਲੀਆ ਵਿੱਚ 32 ਸਾਲਾ ਦੰਦਾਂ ਦੀ ਡਾਕਟਰ ਦੇ ਕਤਲ ਦੀ ਗੁੱਥੀ ਨੇ ਪੁਲਿਸ ਨੂੰ ਚੱਕਰਾਂ ਵਿੱਚ ਪਾਇਆ ਹੋਇਆ ਹੈ। ਪੁਲਿਸ ਦੀ ਜਾਂਚ ਪ੍ਰੀਤੀ ਰੈਡੀ ਦੇ ਸਾਬਕਾ ਪ੍ਰੇਮੀ ਦੁਆਲੇ ਘੁੰਮ ਰਹੀ ਹੈ, ਜੋ ਇਹ ਜਾਣਦਾ ਸੀ ਕਿ ਪ੍ਰੀਤੀ ਹੁਣ ਕਿਸੇ ਹੋਰ ਨੂੰ ਡੇਟ ਕਰ ਰਹੀ ਹੈ, ਪਰ ਫਿਰ ਵੀ ਉਹ ਉਸ ਨੂੰ ਮਿਲਣ ਲਈ ਆਇਆ ਅਤੇ ਇਸ ਤੋਂ ਮਗਰੋਂ ਪ੍ਰੀਤੀ ਲਾਪਤਾ ਹੋ ਗਈ। ਸਿਡਨੀ ਦੀ ਡਾਕਟਰ ਪ੍ਰੀਤੀ ਦੇ ਕਤਲ ਦਾ ਸ਼ੱਕ ਭਾਰਤੀ ਮੂਲ ਦੇ ਹਰਸ਼ ਨਾਰਦੇ ਤੇ ਲੱਗ ਰਿਹਾ ਹੈ, ਜੋ ਖੁਦ ਦੰਦਾਂ ਦਾ ਡਾਕਟਰ ਸੀ ਅਤੇ ਉਸ ਦੀ ਵੀ ਮੌਤ ਹੋ ਗਈ ਹੈ। ਬੀਤੇ ਦਿਨੀ ਜੈਸ਼ ਏ ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਦੀ ਮੌਤ ਸੰਬੰਧੀ ਕਈ ਅਫਵਾਹਾਂ ਆਈਆਂ ਸਨ। ਬੁੱਧਵਾਰ ਨੂੰ ਮਸੂਦ ਨੇ ਆਪਣੀ ਇੱਕ ਆਡੀਓ ਕਲਿੱਪ ਰਿਲੀਜ਼ ਕਰਕੇ ਇਹਨਾਂ ਸਾਰੀਆਂ ਅਫਵਾਹਾਂ ਨੂੰ ਗਲਤ ਸਿੱਧ ਕੀਤਾ ਹੈ। ਮਸੂਦ ਦੀ ਇਸ ਕਲਿੱਪ ਨੂੰ ਜੈਸ਼ ਏ ਦੇ ਕਈ ਸਮੂਹਾਂ ਤੇ ਰਿਲੀਜ਼ ਕੀਤਾ ਗਿਆ, ਜੋ ਕਿ ਪੂਰੀ ਤਰ੍ਹਾਂ ਐਨਕ੍ਰਿਪਟਡ ਹੈ। ਅਮਰੀਕਾ ਅਕਸਰ ਹੀ ਸਾਊਦੀ ਅਰਬ ਨਾਲ ਆਪਣੇ ਰਿਸ਼ਤਿਆਂ ਨੂੰ ਚੰਗਾ ਦੱਸਦਾ ਹੈ, ਪਰ ਜੇਕਰ ਗੱਲ ਉੱਥੋਂ ਦੇ ਸੰਸਦ ਮੈਂਬਰਾਂ ਦੀ ਕਰੀਏ ਤਾਂ ਅਜਿਹਾ ਨਹੀਂ। ਉਹ ਸਾਊਦੀ ਅਰਬ ਦੇ ਰਾਜਕੁਮਾਰ ਸਲਮਾਨ ਬਿਨ ਮੁਹੰਮਦ ਨੂੰ ਇੱਕ ਚੰਗਾ ਵਿਅਕਤੀ ਨਹੀਂ ਮੰਨਦੇ। ਸੰਸਦ ਮੈਂਬਰਾਂ ਨੇ ਉਹਨਾਂ ਨੂੰ ਇੱਕ ਗੈਂਗਸਟਰ ਕਿਹਾ ਹੈ। ਰਿਟਾਇਰ ਜਨਰਲ ਜਾਨ ABI ਜ਼ਾਇਦ ਨੇ ਭਾਵੇਂ ਹੀ ਬੁੱਧਵਾਰ ਨੂੰ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਵਿੱਚ ਕੋਈ ਪਰੇਸ਼ਾਨੀ ਨਹੀਂ, ABI ਜ਼ਾਇਦ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਊਦੀ ਅਰਬ ਦੇ ਰਾਜਦੂਤ ਦੇ ਰੂਪ ਵਿੱਚ ਨਾਮਜ਼ਦ ਕੀਤਾ ਹੈ। ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿੱਚ ਕੀਨ ਜੋਨ ਹਸਪਤਾਲ ਵਿਖੇ ਇੱਕ ਵੱਖਰੀ ਐਗਜ਼ੀਬਿਸ਼ਨ ਲਗਾਈ ਗਈ, ਜੋ ਇੱਕ ਬੱਚੇ ਨੂੰ ਸ਼ਰਧਾਂਜਲੀ ਦੇਣ ਲਈ ਸੀ। ਇਸ ਦਾ ਥੀਮ ਟੌਮ ਗ੍ਰੇ ਨਾਂ ਦੇ ਬੱਚੇ ਤੇ ਰੱਖਿਆ ਗਿਆ ਸੀ, ਜੋ 8 ਸਾਲ ਦੀ ਉਮਰ ਵਿੱਚ ਬ੍ਰੇਨ ਕੈਂਸਰ ਕਾਰਨ ਮਰ ਗਿਆ ਸੀ। ਉਸ ਦੀਆਂ ਤਸਵੀਰਾਂ ਨੂੰ ਰੰਗਾਂ ਦੀ ਮਦਦ ਨਾਲ ਕੈਨਵਸ ਤੇ ਬਣਾਇਆ ਗਿਆ। ਪਰਿਵਾਰ ਨੇ ਦੱਸਿਆ ਕਿ ਇਹ ਐਗਜ਼ੀਬਿਸ਼ਨ ਲੋਕਾਂ ਨੂੰ ਬ੍ਰੇਨ ਕੈਂਸਰ ਸੰਬੰਧੀ ਜਾਗਰੂਕ ਕਰਨ ਲਈ ਲਗਾਈ ਗਈ ਹੈ ਅਤੇ ਉਹ ਪ੍ਰਾਰਥਨਾ ਕਰਦੇ ਨੇ ਕਿ ਕਿਸੇ ਦਾ ਵੀ ਬੱਚਾ ਇਸ ਨਾਮਰਾਦ ਬਿਮਾਰੀ ਨਾਲ ਨਾ ਪੀੜਿਤ ਹੋਵੇ। ਅਮਰੀਕੀ ਫੌਜ ਦੇ ਇੱਕ ਕਮਾਂਡਰ ਨੇ ਕਿਹਾ ਹੈ ਕਿ ਉੱਤਰ ਕੋਰੀਆ ਵਿੱਚ ਰਾਕੇਟ ਪ੍ਰੀਖਣ ਸਥਾਨ ਤੇ ਹਲਚਲ ਦੇਖੇ ਜਾਣ ਦੀਆਂ ਖਬਰਾਂ ਤੋਂ ਬਾਅਦ ਉਨ੍ਹਾਂ ਦਾ ਦੇਸ਼ ਉੱਤਰ ਕੋਰੀਆ ਤੇ ਪੈਣੀ ਨਜ਼ਰ ਰੱਖ ਰਿਹਾ ਹੈ। ਅਮਰੀਕੀ ਹਿੰਦ ਪ੍ਰਸ਼ਾਂਤ ਕਮਾਂਡ ਦੇ ਮੁਖੀ ਐਡਮਿਰਲ ਫਿਲ ਡੇਵਿਡਸਨ ਨੇ ਕਿਹਾ ਕਿ ਸਮੁੰਦਰ ਵਿੱਚ ਉੱਤਰ ਕੋਰੀਆ ਦੇ ਖਿਲਾਫ ਪਾਬੰਦੀਆਂ ਦੀ ਕਾਰਵਾਈ ਲਈ ਉਹ ਦੱਖਣੀ ਕੋਰੀਆ, ਜਾਪਾਨ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਅਤੇ ਫਰਾਂਸ ਸਣੇ ਹੋਰ ਦੇਸ਼ਾਂ ਦੇ ਨਾਲ ਕੰਮ ਕਰ ਰਹੇ ਨੇ। ਆਸਟ੍ਰੇਲੀਆ ਦੀ ਫੈਡਰਲ ਪੁਲਿਸ ਨੇ ਸਿਡਨੀ ਏਅਰਪੋਰਟ ਤੋਂ 2 ਡਰੱਗ ਸਮਗਲਰਾਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕਰ ਲਏ ਨੇ। ਫੈਡਰਲ ਪੁਲਿਸ ਨੇ ਇੱਥੇ ਇੱਕ ਵਿਅਕਤੀ ਦਾ ਸਮਾਨ ਚੈੱਕ ਕੀਤਾ ਅਤੇ ਇਸ ਵਿੱਚ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਹੋਏ। ਜਾਣਕਾਰੀ ਮੁਤਾਬਕ ਇੱਕ ਵਿਅਕਤੀ ਕੈਨੇਡਾ ਤੋਂ ਆਇਆ ਸੀ, ਜਿਸ ਨੇ ਆਪਣੇ ਦੂਜੇ ਸਾਥੀ ਨਾਲ ਮਿਲ ਕੇ ਇਹ ਜ਼ਹਿਰ ਵਿੱਚ ਨਹੀਂ ਸੀ। ਅਮਰੀਕੀ ਏਅਰਫੋਰਸ ਵਿੱਚ ਲੜਾਕੂ ਜਹਾਜ਼ ਉਡਾਉਣ ਵਾਲੀ ਪਹਿਲੀ ਮਹਿਲਾ ਅਤੇ ਐਰੀਜ਼ੋਨਾ ਤੋਂ ਸੰਸਦ ਮੈਂਬਰ ਮਾਰਥਾ ਮੈਕਸੇਲੀ ਨੇ ਬੁੱਧਵਾਰ ਨੂੰ ਖੁਲਾਸਾ ਕੀਤਾ ਕਿ ਏਅਰਫੋਰਸ ਵਿੱਚ ਇੱਕ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਦੇ ਨਾਲ ਜਬਰ ਜਨਾਹ ਕੀਤਾ ਸੀ। ਏਅਰਫੋਰਸ ਵਿੱਚ 26 ਸਾਲ ਸੇਵਾਵਾਂ ਦੇਣ ਵਾਲੀ 52 ਸਾਲਾ ਮੈਕਸੇਲੀ ਨੇ ਲੜਾਕੂ ਸਕਵਾਡਰਨ, ਫੌਜੀ ਜਹਾਜ਼ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਕਮਾਨ ਸੰਭਾਲੀ। ਫੌਜ ਵਿੱਚ ਯੌਨ ਸ਼ੋਸ਼ਣ ਤੇ ਸੈਨੇਟ ਦੀ ਇੱਕ ਉਪ ਕਮੇਟੀ ਵਿੱਚ ਸੁਣਵਾਈ ਦੌਰਾਨ ਭਾਵੁਕ ਹੁੰਦੇ ਹੋਏ ਉਨ੍ਹਾਂ ਨੇ ਇਸ ਹਾਦਸੇ ਬਾਰੇ ਦੱਸਿਆ। ਮੈਕਸੇਲੀ ਨੇ ਕਿਹਾ ਕਿ ਫੌਜ ਵਿੱਚ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲਿਆਂ ਵਿੱਚ ਮੈਂ ਵੀ ਸ਼ਾਮਲ ਸਾਂ, ਪਰ ਹੋਰ ਕਈ ਬਹਾਦਰ ਪੀੜਤਾਂ ਦੇ ਵਾਂਗ ਮੈਂ ਸਰੀਰਕ ਸ਼ੋਸ਼ਣ ਦੀ ਜਾਣਕਾਰੀ ਕਿਸੇ ਨੂੰ ਨਹੀਂ ਦਿੱਤੀ। ਅੱਜ ਦੀਆਂ ਸਪੀਡ ਨਿਊਜ਼ ਵਿੱਚ ਬਸ ਇਹ ਨਹੀਂ। ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਧੰਨਵਾਦ।